ਤੁਸੀਂ ਫੈਸਲਾਬਾਦ ਦੇ ਮੇਰੇ ਸ਼ੋਅ ਦੇਖਿਆ ਰੋਜ਼ ਦੇਖਣਾ ਉੱਥੇ ਮੁੰਡੇ ਦੇਖੋ ਕਿੱਡੀਆਂ ਫਿੱਕੀਆਂ ਜੁੱਤੀਆਂ ਥੋੜੀ ਚੀਨੀ ਪਾ ਲਓ ਚੀਨੀ ਤੁਸੀਂ ਮੈਂ ਤੁਹਾਡੇ ਇਸੇ ਤੋਂ ਤੜਕੋ ਆਇਆ ਅੱਛਾ ਕਿ ਮੇਰੇ ਲੋਰੀ ਭਰਾ ਜਿਹੜੇ ਵੀ ਕੋਈ ਗੱਲ ਕੋ ਜੁਗਤ ਮੇਰੇ ਮਿੱਠੀ ਲਾਵਾਂ ਮਿੱਠੀ ਹਾਂ ਕਿਲੋ ਚੀਨੀ ਲੈ ਕੇ ਬੈਠੇ ਰੋੜੀ ਜਾ ਰਿਹਾ ਮੈਂ ਕਿਹਾ ਕੀ ਕਹਿੰਦਾ ਮਿੱਠੀ ਨਹੀਂ ਆਉਂਦੀ कैसा लगा नाजरीन आपको ये सेगमेंट जरूर अच्छा लगा होगा। हमारे पास वक्त हुआ है छोटे से मुख्तसर से वक्फे का। जब हम वक्फे के बाद आपसे मिलेंगे तो और भी बहुत कुछ सिखाएंगे, कहीं मत जाइएगा। ब्रेक के बाद तमाम दोस्तों को एक बार फिर से खुशामदीद। हम अपने प्रोग्राम को शुरू करते हैं जहां से हमने इसे छोड़ा था। मैनू नी बेसिकली करनी, बेसिकली तुसी वाम नू एंटरटेनमेंट करना यार। मैं ते वजह ना, आपा ते एक वजह बने ना। मैनू तुसी बिस्त कर लो, मैं अगे जमाने दा बिस्त इंसान। यार हस पिया करो, खुदा का नाम, मेहनत इन्नी कर रहा है। वाह वाह, इस तरह दो चार होर कर तीन साल ही गया खुसा लैन, कहिंदा खुसा किन्ने दा, कहिंदा 5000 रुपए दा, कहिंदा कैमरे अच्छी है। तीन गल्लां कीतियां, तीन अच्छी कीतियां। हाँ बोलता भी अच्छा है, सही गल है। एवं नहीं उन्होंने आवाज मारी, उन्होंने कह दी असं बिस्त हो जाए, इन बुला लो। चुप है। अच्छा हाँ जी भैन, होर बस ठीक है। तू नहीं सी फिर इन्हू किसी ने शजान की बोतल दी थी, तो उन्होंने ही नरम कर रहे हैं। वो सर वो अंब हों। आहो दो वाले को मार पाई। हाँ कहते दो फोटो कापियां कर। अच्छी जी गल नवी होगी मैं रखागा जैनवन। मजा कि छोटे भरा कान ला के ना मोबाइल आली मार्केट फिर रहे। मैं कहना आप भी हैंड फ्री लेना है। पैंपर च बर्फ कुटी होंगी। सवेरे करनी लोगों जो तुहाडा काम आना, मैं ला लिया हिसाब। चल सारिया गल्लां छोड़ो, कोर्ट दिओ मैं ब्याह ते जाना। अच्छा मैनू कोर्ट की टेंशन नहीं कि मैं दे दा, मैनू टेंशन इन्हू सद किने लिया। हाँ जी एहो जिहा एक वारी रोटी खा के ना उदों बाहर आके बदलों दा कोर्ट नहीं यार, पहला उन्हां नूं पता लग गया मैं दोबारा खान जाणी। जे मैं सही गाया क्लैप करनी, जे मैं गलत गावां जो मर्जी करना।
ਨਵੀ ਕੱਢੀ ਲਈ ਤੇ ਟੜਾਲੇ ਜੀ ਠੋਕਤੀ ਤੂੰ ਅੱਛਾ ਆ ਉੱਥੇ ਲਿਖਿਆ ਸੀ ਫਾਤਲਾ ਰੱਖੇ ਤਾਂ ਪਿਛਲੀ ਸੀਟ ਤੇ ਬੈ ਗਈ ਅੱਛੀ ਗੱਲ ਐ ਅੱਛੀ ਗੱਲ ਨਵਾ ਚਿੰਕੀ ਦੇ ਆ ਕੇ ਨਵਾ ਚਿੰਕੀ ਦੇ ਆ ਕੇ ਕੰਚ ਮਾਰਤਾ ਤੂੰ ਮੈਂ ਕਿਹਾ ਕਿ ਕਹਿੰਦਾ ਰਾਤੀ ਫਿਲਮ ਚ ਤੇ ਲੰਘ ਗਿਆ ਸੀ ਆ ਸੁਲਾਣਾ ਸਿਰ ਮੈਨੂੰ ਬੰਦਾ ਬੜਾ ਚੰਗਾ ਲੱਗਦਾ ਜਿਹੜਾ ਮੇਰਾ ਗਾਣਾ ਆ ਗਈ ਇਹਨਾਂ ਅੰਦਰੋਂ ਸੁਣਾਓ ਲਓ ਜੀ ਤੂੰ ਹੀ ਬੋਲ ਸੀ ਹੈ ਤੂੰ ਹੀ ਹੁਣ ਵਿੱਚ ਕੋਈ ਨਾ ਬੋਲੇ ਵਿੱਚ ਨਹੀਂ ਬੋਲਣਾ ਏ ਹੋ 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 ਤੂੰ ਹੀ ਵੋ ਹਸੀ ਹੈ ਹਾਏ ਤੂੰ ਹੀ ਵੋ ਹਸੀ ਹੈ ਜਿਸਕੀ ਤਸਵੀਰ ਖਿਆਲੋਂ ਮੇਂ ਮੁੱਦਤ ਸੇ ਬਨੀ ਮੈਂ ਚਪੇੜ ਮਾਰੀ ਮੇਰੀ ਆਵਾਜ਼ ਨਾਲ ਮੇਰਾ ਵੀ ਬੇੜਾ ਖਰਾ ਕਰਨ ਲੱਗਾ ਗਾ ਦੁਨੀਆ ਦਾ ਸਭ ਤੋਂ ਵੱਡੇ ਬੇਦਬੀ ਹੁੰਦੀ ਕੋਈ ਗਾਣਾ ਗਾਉਂਦਾ ਵੀ ਉਹਦੇ ਨਾਲ ਗਾਣਾ ਇਹ ਬੇਦਬੀ ਹੁੰਦੀ ਤੂੰ ਗੁੱਜਰ ਬਣਿਆ ਤੂੰ ਗੁੱਜਰ ਬਣਿਆ ਨਾ ਲੇਕਿਨ ਪਹਿਲਾਂ ਜਿਹੜਾ ਅਸਲ ਤੂੰ ਹੈਗਾ ਉਹਨਾਂ ਨੂੰ ਵੱਡਿਆਂ ਨੇ ਪੁੱਛੀ ਨਹੀਂ ਹੁੰਦਾ ਜਾਇਜ਼ ਹਾਂ ਹੁਣ ਤੇ ਤੂੰ ਗੁੱਜਰ ਬਣ ਗਿਆ ਠੀਕ ਹੈ ਹਾਂ ਠੀਕ ਹੈ ਤੂੰ ਆਪਣਾ ਯਾਰ ਉਹਨਾਂ ਨੂੰ ਠੀਕ ਹੈ ਬੋਲੀ ਨਾ ਹੁਣ ਠੀਕ ਹੈ ਇਹਨਾਂ ਦੇ ਘਰ ਦੀ ਤਲਾਸ਼ੀ ਲਵੋ ਉਹਦੇ ਅੰਦਰੋਂ ਚਬੋਟਾ ਨਾ ਨਿਕਲੇ ਤੇ ਜੋਗ ਉਹ ਦੇਣ ਜਿਹੜੀਆਂ ਤੇਰੀਆਂ ਹਰਕਤਾਂ ਨਾ ਅੱਖਾਂ ਵੀ ਟੇੜੀਆਂ ਇਹ ਗੁਜਰਾਂ ਦਾ ਤੇ ਕੰਮ ਹੀ ਨਹੀਂ ਹੁੰਦਾ ਆਈ ਐਮ ਰੀਲੀ ਸੌਰੀ ਯੂ ਨੋ ਸਮਥਿੰਗ ਬਿਕੋਜ਼ ਆਈ ਲਾਈਕ ਯੂ ਤੁਸੀਂ ਵੀ ਜਾਨੀ ਭਾਈ ਗਾਣਾ ਤਲਾਓ ਤੁਸੀਂ ਤਾਂ ਮੰਗਦੇ ਪਏ ਹੋ ਭਾਈ ਉਹਨੇ ਫਰਮਾਇਸ਼ ਕੀਤੀ ਅੱਛਾ ਅੱਲਾ ਦੀ ਕਿਸਮੇ ਬਹੁਤ ਵੱਡਾ ਗਾਣਾ ਹੈ ਮੈਨੂੰ ਪਤਾ ਹੈ ਤੂੰ ਫਰਮਾਇਸ਼ ਕੀਤੀ ਇਦਾਂ ਹੀ ਨਹੀਂ ਹੈਗਾ ਇਹਨੂੰ ਸਮਝਾ ਫਿਰ ਆਵੇ ਨਕਸ਼ਾ ਸਮਝਾਉਣ ਵਾਲੀ ਛੋਟੀ ਨੂੰ ਮੇਰੀ ਸੀ ਮੂੰਹ ਦੇ ਵੇਖ ਇਹ ਹਕੀਮ ਨੂੰ ਜਾ ਕੇ ਵਰਾ ਮੇਰਾ ਮੇਦਾ ਖਰਾਬ ਹੋਇਆ ਤੋਂ ਚੈੱਕ ਕਰਦਾ ਐਡਾ ਵੱਡਾ ਮੂੰਹ ਤੇਰਾ ਮਰੇ ਗਾਣਾ ਸੁਣਾਓ ਸੁਣਾਤਾ ਹੁਣ ਬਾਤ ਨਹੀਂ ਫਿਰ ਜਾਤੀ ਨਹੀਂ ਨਾ ਫਾਸਟ ਆ ਦੱਸ ਤੂੰ ਮਰੇ ਤੇਰੀ ਫਰਮਾਇਸ਼ ਤੇ ਮੈਂ ਸੁਣਾਉਣਾ ਤੇ ਬਿਸ ਤੂੰ ਨਾ ਮੈਂ ਤੂੰ ਤੇਜ਼ ਦੱਸ ਕੋਈ ਜਾਤੀ ਤੇਜ਼ ਦੱਸ ਤੇਜ਼ ਕੋਈ ਦੱਸ ਤੁਸੀਂ ਸੁਣਾਣਾ ਕਿਸ਼ੋਰ ਸਾਹਿਬ ਦਾ ਰਫੀ ਸਾਹਿਬ ਦਾ ਕੋਈ ਤੇਜ਼ ਫਾਸਟ ਨੂਰਜਾਂ ਦਾ ਕਿਹੜਾ ਐਵੇਂ ਦੇ ਨੇ ਡੋਲਾ ਤੇਰੇ ਪਿੱਛੇ ਪਿੱਛੇ ਇਹ ਕਿਹੜਾ ਨੂਰ ਜਾਂਦਾ ਹੈ ਕਿਹਦਾ ਅਸੀਂ ਇਹੀ ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਇਹ ਕਿਹੜਾ ਨੂਰ ਜਾਂਦਾ ਆਪ ਦਾ ਪ੍ਰਵੀਨ ਦਾ ਓਏ ਪਾਗਲ ਅਸਲਮ ਸਮੇਂ ਵੇ ਯਾਰ ਮੈਂ ਸੁਣਾਇਆ ਸੀ ਅੱਗੇ ਤੁਸੀਂ ਮਾਹੌਲ ਨਹੀਂ ਬਣਾਉਂਦੇ ਤੇਜ਼ ਦੱਸੋ ਨਾ ਮੇਰੇ ਰੇਂਜ ਨਹੀਂ ਆ ਰਿਹਾ ਪੁਰਾਣਾ ਗਾਣਾ ਦੱਸ ਕੋ ਤੇਜ਼ ਉਹ ਮੈਂ ਸੁਣਾਇਆ ਅੱਗੇ ਦੋ ਤਿੰਨ ਵਾਰੀ ਸ਼ੋਆ ਸੁਣਾਇਆ ਲੋਕਾਂ ਨੇ ਸੁਣਿਆ ਹੋਰ ਸੁਣਾ ਕੋਈ ਉਹ ਮੇਰੀ ਮਹਿਬੂਬਾ ਵੀ ਸੁਣਾਇਆ ਪਿਛਲੇ ਸ਼ੋਅ ਅੱਛਾ ਜੀ ਹਾਂ ਹੋਰ ਕੋਈ ਪੁਰਾਣਾ ਸੁਣਾ ਦੇ ਕੁਛ ਆਇਆ ਕਿਹੜਾ ਮੇਰੇ ਸਪਨੋ ਕੀ ਰਾਣੀ ਕਬ ਆਏਗੀ ਤੂੰ ਆਈ ਰੁੱਤ ਮਸਤਾਨੀ ਕਬ ਆਏਗੀ ਤੂੰ ਬੀਤੀ ਜਾਏ ਜ਼ਿੰਦਗਾਨੀ ਕਬ ਆਏਗੀ ਤੂੰ ਚਲਿਆ ਤੂੰ ਚਲਿਆ ਮੇਰੇ ਸਪਨੋ ਕੀ ਰਾਣੀ ਕਬ ਆਏਗੀ ਤੂੰ ਆਈ ਰੁੱਤ ਮਸਤਾਨੀ ਕਬ ਆਏਗੀ ਤੂੰ ਬੀਤੀ ਜਾਏ ਜ਼ਿੰਦਗਾਨੀ ਕਬ ਆਏਗੀ ਤੂੰ ਚਲਿਆ ਤੂੰ ਚਲਿਆ ਪੈਣ ਮੈਂ ਕਿਹਾ ਜੀ ਅੱਛਾ ਕਹਾਂ ਕਲੈਪ ਕਰਨੀ ਸਰ ਇੱਕ ਸਵਾਲ ਦਾ ਜਵਾਬ ਦਿਓ ਇੱਕ ਘਰ ਆ ਉਹਦੇ 'ਚ ਸਾਰੇ ਬਰਤਨ ਸਟੀਲ ਦੇ ਆ ਉਸ ਘਰ ਦਾ ਜਿਹੜਾ ਮਾਲਕ ਨਾ ਖਾਵਾਂ ਆਪਣੀ ਬੀਵੀ ਨੂੰ ਕਹਿੰਦਾ ਵੀ ਇੱਕ ਗਲਾਸ ਪਾਣੀ ਦਾ ਲੈ ਕੇ ਆ ਉਹ ਲੈ ਕੇ ਆ ਜਾਂਦੀ ਭਰਿਆ ਗਲਾਸ ਪਾਣੀ ਦਾ ਪਾਣੀ ਨਾ ਉਹ ਕਹਿੰਦਾ ਕਹਿੰਦੇ ਇਹਨੂੰ ਵਾਪਸ ਲੈ ਜਾ ਇਹਨੂੰ ਖਾਲੀ ਕਰਕੇ ਲਿਆ ਲੇਕਿਨ ਇੱਕ ਸ਼ਰਤ ਆ ਇੱਕ ਸ਼ਰਤ ਇਹ ਆ ਕਿ ਮੋਟਰਸਾਈਕਲ ਲੰਘ ਲਵੇ ਉਹ ਕਹਿੰਦਾ ਵੀ ਇਹਨੂੰ ਖਾਲੀ ਕਰਕੇ ਲਿਆ ਲੇਕਿਨ ਨਾ ਤੂੰ ਇਹਨੂੰ ਕਿਤੇ ਰੋੜਨਾ ਨਾ ਤੂੰ ਇਹਨੂੰ ਕਿਤੇ ਡੋਲਣਾ ਨਾ ਤੂੰ ਪੀਣਾ ਨਾ ਤੂੰ ਕਿਸੇ ਨੂੰ ਪਿਆਉਣਾ ਔਰ ਇਹਨੂੰ ਖਾਲੀ ਵੀ ਕਰਕੇ ਲਿਆ ਔਰ ਉਹ ਖਾਲੀ ਕਰਕੇ ਲਿਆਉਂਦੀ ਹੈ ਦੱਸੋ ਕਿੱਦਾਂ ਖਾਲੀ ਵੀ ਕਰਕੇ ਲਿਆਉਂਦੀ ਪਾਣੀ ਵੇਚੀ ਏ ਪਾਣੀ ਵੇਚਣ ਨਾਲ ਲੇਕਿਨ ਉਹ ਖਾਲੀ ਕਰਕੇ ਬਰਸ ਨਹੀਂ ਜਮਾ ਲੈਂਦੀ ਉਹ ਖਾਲੀ ਤਾਂ ਨਹੀਂ ਨਾ ਹੋਏਗਾ ਪੀ ਵੀ ਨਹੀਂ ਸਕਦੀ ਤੁਸੀਂ ਦੱਸੋ ਰੋੜ ਵੀ ਨਹੀਂ ਸਕਦੀ ਖਾਲੀ ਵੀ ਕਿਵੇਂ ਕਰਨਾ ਇਹ ਤੁਸੀਂ ਦੱਸਣਾ ਨਹੀਂ ਜਮਾ ਸਕਦੀ ਤੁਹਾਨੂੰ ਪਿਆ ਦੇਗੀ ਖਾਲੀ ਕਰਨਾ ਅੱਛਾ ਲੇਕਿਨ ਡੋਲਣਾ ਨਹੀਂ ਅਟੋਣਾ ਨਹੀਂ ਰੋੜਨਾ ਨਹੀਂ ਔਰ ਪੀਣਾ ਨਹੀਂ ਕਿਸੇ ਨੂੰ ਪਿਆਉਣਾ ਨਹੀਂ ਤੋ ਹਾਲੀ ਕਿਵੇਂ ਹੋਏਗਾ ਹਾਲੀ ਹਾਂ ਯਾਰ ਇਹ ਤਾਂ ਬੜੀ ਵੈਸੇ ਗੱਲ ਮੈਂ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਓਏ ਹੋਏ ਹੋਏ ਪਾਣੇ ਤਾਂ ਮੈਂ ਸੋਚਿਆ ਹੀ ਨਹੀਂ ਸੀ ਇਹ ਹਾਲੀ ਨਹੀਂ ਹੋ ਸਕਦਾ ਪੂਰੇ ਮਹੱਲੇ ਤੁਸੀਂ ਸਿਰਫ ਤੁਸੀਂ ਅਕਲਮੰਦ ਜੇ
ਯਕੀਨ ਕਰੋ ਤੇ ਮੈਂ ਸੋਚਿਆ ਨਹੀਂ ਸੀ ਬਰਤਨ ਸਟੀਲ ਦੇ ਨੇ ਸਾਰੇ ਹਾਂ ਸਟੀਲ ਦੇ ਨੇ ਅੱਛਾ ਤੇ ਮਿੱਟੀ ਪਾ ਦੇਣਗੇ ਵਿੱਚ ਤੁਸੀਂ ਇਹ ਸਵਾਲ ਤੇ ਮਿੱਟੀ ਪਾ ਦਿਓ ਲੋ ਜੀ ਮੈਂ ਤੁਹਾਨੂੰ ਜਵਾਬ ਦੱਸਦਾ ਨਾਦਰੀ ਨੂੰ ਭੈਣ ਉਹ ਸਟੀਲ ਦਾ ਗਲਾਸ ਫੁੱਲ ਅੱਗ ਤੇਜ਼ ਕਰਕੇ ਉੱਤੇ ਗਲਾਸ ਰੱਖੇਗੀ 10 ਮਿੰਟ 'ਚ ਪਾਣੀ ਸੁੱਕ ਜਾਣਾ ਬਾਪ ਬਣ ਕੇ ਨਿਕਲ ਜਾਏਗਾ।